ਨਮਸਕਾਰ ਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਤੋਂ ਅਸੀਂ ਹਰ ਰੋਜ਼ ਤੁਹਾਡੇ ਲਈ ਲੈ ਕੇ ਪੇਸ਼ ਹੋਵਾਂਗੇ ਅੱਜ ਦਾ ਅਖਬਾਰ ਪ੍ਰੋਗਰਾਮ ਜਿਸ ਵਿੱਚ ਅਸੀਂ ਅਖਬਾਰ ਦੀਆਂ ਖਬਰਾਂ ਤੁਹਾਨੂੰ ਸਾਰੀਆਂ ਦੱਸਾਂਗੇ ਤਾਂ ਕਿ ਤੁਹਾਨੂੰ ਅਖਬਾਰ ਪੜ੍ਹਨ ਦੀ ਵੀ ਜ਼ਰੂਰਤ ਨਾ ਪਵੇ ਇਸ ਪ੍ਰੋਗਰਾਮ ਦਾ ਅਸੀਂ ਨਾਂ ਰੱਖਿਆ ਅਗਰ ਸੁਣ ਲਿਆ ਸਮਝੋ ਪੜ੍ਹ ਲਿਆ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਤੇ ਅੱਜ ਦਾ ਅਖਬਾਰ ਪੰਜਾਬ ਦਾ ਬਜਟ اجلاس 4 ਮਾਰਚ ਨੂੰ ਪੇਸ਼ ਹੋਵੇਗਾ ਵਿਧਾਨ ਸਭਾ ਦਾ ਬਜਟ ਪਹਿਲੀ اجلاس ਤੋਂ ਚੰਡੀਗੜ੍ਹ ਤੋਂ ਖਬਰ ਹੈ ਪੰਜਾਬ ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਸੈਸ਼ਨ ਪਹਿਲੀ ਮਾਰਚ ਤੋਂ 10 ਮਾਰਚ ਤੱਕ ਸਦਨ ਸਮੇਤ ਕਈ ਹੋਰ ਅਹਿਮ ਫੈਸਲੇ ਲਏ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਤੈਅ ਹੋਇਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 8 ਮਾਰਚ ਨੂੰ ਸੂਬੇ ਦਾ ਬਜਟ ਪੇਸ਼ ਕਰਨਗੇ ਪੰਜਾਬ ਵਿੱਚ ਹੁਣ ਡਰਾਈਵਿੰਗ ਲਾਇਸੈਂਸ ਤੇ ਆਰਸੀ ਡਿਜੀਟਲ ਰੂਪ ਵਿੱਚ ਵੈਲਿਡ ਹੋਵੇਗੀ ਪੰਜਾਬ ਨੇ ਭਾਰਤ ਦੀ ਮੋਬਾਈਲ ਐਪ ਭਾਰਤ ਸਰਕਾਰ ਦੀ ਮੋਬਾਈਲ ਐਪ ਤੇ ਡਿਜੀਟਲ ਲੋਕਰ ਤੇ ਵਾਹਨਾ ਤੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਦਸਤਾਵੇਜ਼ਾਂ ਨੂੰ ਜਿਹੜਾ ਹੁਣ ਹੈ ਵੈਦ ਮੰਨਣਾ ਸ਼ੁਰੂ ਕਰ ਦਿੱਤਾ ਵੈਦ ਦਾ ਮਤਲਬ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਹੁਣ ਇਸ ਐਪ ਤੇ ਡਿਜੀ ਲੋਕਰ ਅਤੇ ਵਾਹਨ ਮਾਲਕਾਂ ਦਾ ਚਾਲਕਾਂ ਤੇ ਰੱਖੇ ਡਰਾਈਵਿੰਗ ਲਾਇਸੈਂਸ ਵੈਲਿਡ ਹੋਣਗੇ ਤੇ ਤੁਸੀਂ ਉਹ ਦਿਖਾ ਕੇ ਦਿਖਾ ਸਕਦੇ ਹੋ ਜਰੂਰੀ ਨਹੀਂ ਕਿ ਅਸਲ ਕਾਗਜ਼ ਨਾਲ ਰੱਖੇ ਜਾਣ ਕੇਂਦਰ ਨੂੰ ਜੱਥੇ ਰੋਕਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਪੱਤਰ ਭੇਜਿਆ ਸ਼੍ਰੋਮਣੀ ਕਮੇਟੀ ਨੇ ਸਾਕਾ ਨਨਕਾਣਾ ਸਾਹਿਬ ਦੀ ਅਹਿਮੀਅਤ ਅਤੇ ਇਤਿਹਾਸ ਬਾਰੇ ਪ੍ਰਧਾਨ ਮੰਤਰੀ ਨੂੰ ਪੁਸਤਕਾਂ ਵੀ ਨਾਲ ਭੇਜੀਆਂ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮਾਮਲਾ ਨਿਰੰਤਰ ਭਖਦਾ ਜਾ ਰਿਹਾ ਹੈ ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀ ਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁੜ ਇੱਕ ਹੋਰ ਪੱਤਰ ਭੇਜਿਆ ਹੈ ਪੱਤਰ ਦੇ ਨਾਲ ਉਹਨਾਂ ਨਨਕਾਣਾ ਸਾਹਿਬ ਸਾਕੇ ਨਾਲ ਸੰਬੰਧਿਤ ਇਤਿਹਾਸਕ ਪੁਸਤਕਾਂ ਵੀ ਭੇਜੀਆਂ ਹਨ ਕਿਸਾਨੀ ਸੰਘਰਸ਼ ਵਿੱਚ ਸਿੱਖਾਂ ਦੀ ਸ਼ਮੂਲੀਅਤ ਕਾਰਨ ਜੱਥਾ ਰੋਕਿਆ ਗਿਆ ਇਹ ਕਿਹਾ ਹੈ ਭਾਈ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਕਿਸਾਨ ਸੰਘਰਸ਼ ਵਿੱਚ ਸਿੱਖਾਂ ਦੀ ਸ਼ਮੂਲੀਅਤ ਕੇਂਦਰ ਸਰਕਾਰ ਨੂੰ ਰੜਕ ਰਹੀ ਹੈ ਇਸੇ ਕਰਕੇ ਸਾਕਾ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਰੋਕਿਆ ਗਿਆ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਨੂੰ ਪਗੜੀ ਸੰਭਾਲ ਦੇ ਉਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ ਨਵੀਂ ਦਿੱਲੀ ਤੋਂ ਖਬਰ ਹੈ ਸੰਯੁਕਤ ਕਿਸਾਨ ਮੋਰਚਾ ਨੇ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮ ਦਿਨ ਨੂੰ ਪਗੜੀ ਸੰਭਾਲ ਦਿਹਾੜੇ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਨੂੰ ਘੇਰਾ ਪਾਈ ਬੈਠੇ ਕਿਸਾਨਾਂ ਦੇ ਇਕੱਠ ਵਿੱਚ ਪਗੜੀ ਸੰਭਾਲ ਜੱਟਾ ਗੀਤ ਖੂਬ ਗੂੰਜ ਰਿਹਾ ਹੈ ਹਫਤਾਵਾਰੀ ਚੰਗ ਸਿਆਲ ਦੇ ਸੰਪਾਦਕ ਬੰਕੇ ਦਿਵਾਲ ਵੱਲੋਂ ਲਿਖਿਆ ਇਹ ਗੀਤ ਬ੍ਰਿਟਿਸ਼ ਰਾਜ ਦੇ 1908 ਦੇ ਖੇਤੀ ਕਾਨੂੰਨਾਂ ਖਿਲਾਫ ਉੱਠੀ ਕਿਸਾਨ ਲਹਿਰ ਵਿੱਚ ਇਹ ਗੀਤ ਮੁਖੜਾ ਬਣ ਕੇ ਅੱਗੇ ਆਇਆ ਸੀ ਅੱਗੇ ਵਧਦੇ ਹਾਂ ਹੁਣ ਪੰਜਾਬ ਦੀਆਂ ਕੁਝ ਹੋਰ ਖਬਰਾਂ ਵੱਲ ਕਿਸਾਨ ਅੰਦੋਲਨ ਪੜਾਵਾਰ ਅੱਗੇ ਵਧਾਉਣ ਦਾ ਸੱਦਾ ਦਿੱਤਾ ਗਿਆ ਹੈ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਲਗਾਤਾਰ ਜਥੇਬੰਦੀਆਂ ਦੀ ਅਪੀਲ ਹੈ ਚੰਡੀਗੜ੍ਹ ਤੋਂ ਖਬਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ਵਿੱਚ ਸਾਢੇ 4 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਘੋਲ ਦੌਰਾਨ ਸੰਘਰਸ਼ੀ ਅਖਾੜਿਆਂ ਤੋਂ ਅੰਦੋਲਨ ਨੂੰ ਪੜਾਵਾਰ ਅੱਗੇ ਵਧਾਉਣ ਤੇ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਲਗਾਤਾਰ ਜਥੇਬੰਦੀਆਂ ਦਾ ਸੱਦਾ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 4.5 ਮਹੀਨਿਆਂ ਤੋਂ ਸ਼ਾਂਤਵੇਂ ਢੰਗ ਨਾਲ ਚੱਲ ਰਿਹਾ ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਅੰਦੋਲਨ ਨੂੰ ਬਦਨਾਮ ਕਰਨ ਜਥੇਬੰਦੀਆਂ ਵਿੱਚ ਪਾੜ ਪਾਉਣ ਅਤੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਮੋਰਚਿਆਂ ਦੀ ਕਿਲਾਬੰਦੀ ਕਰਨ ਸਮੇਤ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੋਦੀ ਸਰਕਾਰ ਦੇ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ ਕਿਹਾ ਇਹ ਕੋਕਰੀਕਲਾ ਸੁਖਦੇਵ ਸਿੰਘ ਕੋਕਰੀਕਲਾ ਨੇ ਕਿਸਾਨਾਂ ਆਗੂ ਸੁਖਦੇਵ ਸਿੰਘ ਕੋਕਰੀਕਲਾ ਨੇ ਕਿਹਾ ਨੇ ਧਰਨਿਆਂ ਦੌਰਾਨ ਕਿਸਾਨਾਂ ਦਾ ਅਹਿਦ ਕੀਤਾ ਕਿ ਉਹ ਮੋਦੀ ਸਰਕਾਰ ਦੇ ਮਨਸੂਬੇ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਣਗੇ ਉਹਨਾਂ ਕਿਹਾ ਕਿ ਮੋਦੀ ਸਰਕਾਰ ਘਬਰਾ ਕੇ ਸੋਸ਼ਲ ਮੀਡੀਆ ਤੇ ਕਿਸਾਨ ਵਿਚਾਰ ਪ੍ਰਗਟਾਉਣ ਵਾਲੇ ਵਾਤਾਵਰਣ ਪ੍ਰੇਮੀਆਂ ਤੇ ਬੁੱਧੀਜੀਵੀਆਂ ਤੇ ਨਜਾਇਜ਼ ਪਰਚੇ ਕਰਕੇ ਗ੍ਰਿਫਤਾਰ ਕਰ ਰਹੀ ਹੈ ਦੇਸ਼ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਤੇ ਚੌਥਾ ਰਫਾ ਸਰਗਰ ਸੰਗਰਾਮੀ ਸੰਗਰ ਘਰ-ਘਰ ਮੀਤੋਂ ਇਹ ਪ੍ਰੋਸਾ ਮਜ਼ਬੂਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਦੀ ਫਤਿਹ ਜਰੂਰ ਹੋਵੇਗੀ ਕਿਸਾਨਾਂ ਨੇ ਕਾਰਪੋਰੇਟ ਘਰਾਣੇ ਦਾ ਤੇਲ ਗੋਦਾਮ ਬੰਦ ਕਰਾਇਆ ਕਨੌਰ ਦੀ ਖਬਰ ਹੈ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਸੰਬੰਧੀ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਰਾਜਪੁਰਾ ਅੰਬਾਲਾ ਜੀ.ਜੀ. ਰੋਡ ਤੇ ਪੈਂਦੇ ਹਲਕਾ ਕਨੌਰ ਦੇ ਪਿੰਡ ਖੱਗਰਸਰਾਏ ਵਿੱਚ ਕਿਸਾਨ ਆਗੂਆਂ ਹਰਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੇ ਸਾਥੀ ਸੈਂਕੜੇ ਕਿਸਾਨਾਂ ਨੇ ਕਾਰਪੋਰੇਟ ਘਰਾਣੇ ਦੇ ਤੇਲ ਗੋਦਾਮ ਨੂੰ ਬੰਦ ਕਰਵਾ ਦਿੱਤਾ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਅਡਾਨੀ ਅਵਾਨੀਆਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ ਦੇਸ਼ ਨੂੰ ਬਚਾਉਣ ਲਈ ਧਰਮਯੋਧ ਵਿੱਚ ਬਦਲਿਆ ਜਾਵੇ ਕਿਸਾਨੀ ਸੰਘਰਸ਼ ਇਹ ਚੜੂਨੀ ਦਾ ਬਿਆਨ ਆਇਆ ਹੈ ਉਹਨਾਂ ਖੇਤੀ ਕਾਨੂੰਨਾ ਵਿਰੁੱਧ ਅੱਜ ਅਨਾਜ ਮੰਡੀ ਮਹਾ ਇਹ ਟੁਹਾਣਾ ਤੋਂ ਖਬਰ ਹੈ ਕਿ ਖੇਤੀ ਕਾਨੂੰਨ ਉੱਤੇ ਮਹਾ ਪੰਚਾਇਤ ਹੋਈ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਵਪਾਰੀ ਸ਼ਾਮਲ ਹੋਏ ਇਸ ਮੌਕੇ ਭਾਰਤੀ ਕਿਸਾਨੀ ਉਹਨਾਂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦਾ ਸੰਘਰਸ਼ ਹੁਣ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਦੇਸ਼ ਬਚਾਉਣ ਲਈ ਧਰਮਯੁੱਧ ਵਿੱਚ ਬਦਲ ਗਿਆ ਹੈ ਤਰੂਣੀ ਨੇ ਕਿਹਾ ਕਿ ਭੁੱਖ ਦੀ ਲੜਾਈ ਦੇਸ਼ ਬਚਾਉਣ ਲਈ ਹੈ ਕੇਂਦਰ ਸਰਕਾਰ ਨੇ ਭਾਰਤ ਦੀ ਜਨਤਾ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖਣ ਦਾ ਮਨ ਬਣਾ ਲਿਆ ਹੈ ਇਸ ਲਈ ਅੰਦੋਲਨ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮੁਹੱਲਿਆਂ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਆਉਣ ਵਾਲੇ ਸੰਕਟ ਤੋਂ ਜਾਗਰੂਕ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨ 올 인디아 ਕਿਸਾਨ ਸਭਾ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਹੈ ਨਵੀਂ ਦਿੱਲੀ ਤੋਂ ਖਬਰ ਆ 올 인디아 ਕਿਸਾਨ ਸਭਾ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਸਭਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਅਤੇ ਲੋਕ ਸਭਾ ਵਿੱਚ ਖੇਤੀ ਕਾਨੂੰਨਾਂ ਬਾਰੇ ਦਿੱਤੇ ਬਿਆਨਾਂ ਵਿੱਚ ਸਚਾਈ ਕੋਹਾਂ ਦੂਰ ਹੈ ਜਿਹੜੇ ਬਿਆਨ ਦਿੱਤੇ ਉਹਨਾਂ ਤੋਂ ਸਚਾਈ ਤੋਂ ਕੋਹਾਂ ਦੂਰ ਹੈ 올 인디아 ਕਿਸਾਨ ਸਭਾ ਦੇ ਆਗੂ ਹਨਨ ਮੌਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਖਦੇ ਹਨ ਕਿ ਘੱਟੋ ਘੱਟ ਸਮਰਥਨ ਮੁੱਲ ਐਮ ਐਸ ਪੀ ਜਿਹੜੀ ਹੈਗੀ ਆ ਉਸ ਦਾ ਪ੍ਰਬੰਧ ਸੀਤ ਦੇ ਹੈ ਤੇ ਹਮੇਸ਼ਾ ਰਹੇਗਾ ਉਹਨਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਦਾ ਦਾਵਾ ਕੀਤਾ ਸੀ ਜਿਸ ਤਹਿਤ ਲਗਾਤਾਰ ਕੀਮਤ ਉੱਪਰ 50% ਲਾ ਕੇ ਫਸਲਾਂ ਦੇ ਭਾਅ ਤੈਅ ਕੀਤੇ ਜਾਣੇ ਸਨ ਉਹਨਾਂ ਕਿਹਾ ਕਿ ਭਾਜਪਾ ਨੇ ਕੇਂਦਰ ਦੀ ਸੱਤਾ ਵਿੱਚ ਆਏ 7 ਸਾਲ ਹੋ ਗਏ ਹਨ ਪਰ મોદી ਸਰਕਾਰ ਨੇ ਅਜੇ ਤੱਕ ਆਪਣਾ ਵਾਅਦਾ ਪੂਰਾ ਨੇਕੀ ਤੱਕ ਕਿਸਾਨਾਂ ਆ ਗੁਆਂ ਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਸਾਨਾਂ ਨੇ ਕਿਸਾਨਾਂ ਨੇ ਕਿਹਾ ਕਿ 18 ਤੋਂ 30 ਰੁਪਏ ਕਿਲੋ ਬਾਸਮਤੀ ਖਰੀਦੀ ਜਾਂਦੀ ਹੈ ਤੇ ਕਾਰਪੋਰੇਟ ਅਗੇਸਟ ਦੀ ਕੀਮਤ 208 ਰੁਪਏ ਕਿਲੋ ਵਸੂਲ ਕਰਦੇ ਹਨ ਅੱਗੇ ਵਧਦੇਆਂ ਖਬਰ ਵੱਲ ਪੰਚਾਇਤਾਂ ਹੁਣ ਖੋਰ ਭਰਨ ਲਗੀਆਂ ਪਾਣੀ ਤੇ ਬਕਾਇਆ ਬਿਜਲੀ ਬਿੱਲ ਮੁਹਾਲੀ ਦੀ ਖਬਰ ਹੈ ਪੰਜਾਬ ਵਿੱਚ ਟਿਊਬਲੈਂਟ ਦੇ ਬਿਜਲੀ ਬਿੱਲਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਹੁਣ ಗ್ರಾಮ ਪੰਚਾਇਤਾਂ ਨੂੰ ਆਪਣੇ ਫੰਡਾਂ 14ਵੇਂ ਵਿੱਤ ਕਮਿਸ਼ਨ ਜਾਂ ਗ੍ਰਾਂਟਾਂ ਤੇ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਵਿੱਚੋਂ ਕਰਨੀ ਪਵੇਗੀ ਪੰਚਾਇਤੀ ਅਧਿਕਾਰੀਆਂ ਨੂੰ ਪਾਵਰਕਾਮ ਦੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਿੱਲਾਂ ਦੀ ਵਨ ਟਾਈਮ ਸੈਟਲਮੈਂਟ ਕਰਨ ਤੇ ਬਿੱਲਾਂ ਦੇ ਬਕਾਇਆ ਦੀ ਅਦਾਇਗੀ ਕਰਾਉਣ ਲਈ ਕਿਹਾ ਗਿਆ ਹੈ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਇਸ ਸੰਬੰਧੀ ਵਿਭਾਗ ਦੇ ਏਡੀਸੀ ਡੀਪੀ ਡੀਡੀਪੀਓ ਅਤੇ ਬੀਡੀਪੀਓ ਨੂੰ ਲਿਖਤੀ ਨਿਰਦੇਸ਼ ਦੇ ਦਿੱਤੇ ਹਨ ਵਿਭਾਗ ਨੇ ਪੰਚਾਇਤਾਂ ਨੂੰ 31 ਜੁਲਾਈ 2018 ਤੱਕ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਲਈ ਕਿਹਾ ਹੈ ਪੰਚਾਇਤਾਂ ਨੂੰ ਹੁਣ ਟਿਊਬਵਲਾ ਦੇ ਬਿੱਲਾਂ ਦੀ ਅਦਾਇਗੀ ਕਰਨੀ ਪਵੇਗੀ ਜਿਨ੍ਹਾਂ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਵਿਭਾਗ ਦੀ ਥਾਂ ಗ್ರಾಮ ਪੰਚਾਇਤ ਵਾਟਰ ਸਪਲਾਈ ਕਮੇਟੀਆਂ ਰਾਹੀਂ ਚਲਾਈਆਂ ਜਾ ਰਹੀਆਂ ਹਨ ਪੰਚਾਇਤ ਵਿਭਾਗ ਵੱਲੋਂ ਇਹ ਨਿਰਦੇਸ਼ ਪੰਜਾਬ ਮੰਤਰੀ ਮੰਡਲ ਦੀ 24 ਸਤੰਬਰ 19 ਨੂੰ ਹੋਈ ਮੀਟਿੰਗ ਵਿੱਚ ਫੈਸਲੇ ਤਹਿਤ ਦਿੱਤਾ ਗਿਆ ਹੈ ਯਾਨੀ ਜਿਹੜੇ ਪਿੰਡਾਂ ਦੇ ਵਿੱਚ ਵਾਟਰ ਰੌਕਸ ਪੰਚਾਇਤਾਂ ਚਲਾਉਂਦੀਆਂ ਉਹਨਾਂ ਦੇ ਟਿਊਬਲਾਂ ਦੇ ਬਿੱਲ ਆ ਜਿਹੜੇ ਉਹ ਹੁਣ ਪੰਚਾਇਤਾਂ ਆਪਣੇ ਫੰਡਾਂ ਵਿੱਚੋਂ ਭਰਿਆ ਕਰਨਗੀਆਂ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੇ ਪੀੜਤਾਂ ਦੀ ਹਮਾਇਤ ਤੇ ਆਏ ਆ ਵਿਧਾਇਕ ਬੈਂਸ ਲੁਧਿਆਣਾ ਤੋਂ ਖਬਰਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਕਰਟਾ ਐਕਸਪ੍ਰੈਸ ਵੇ ਦੇ ਪੀੜਿਤ ਕਿਸਾਨਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਬੈਂਸ ਨੇ ਕੇਂਦਰ ਸਰਕਾਰ ਤੇ ਤਾਨਾਸ਼ਾਹੀ ਨਾਲ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਕਿਸਾਨ ਮਾਰੂ ਕਾਨੂੰਨ ਲਿਆ ਕੇ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੀ ਕੀਮਤੀ ਜ਼ਮੀਨਾਂ ਕੋਡੀਆਂ ਦੇ ਭਾਅ ਖੋਣ ਲੱਗੀ ਹੋਈ ਹੈ ਪਰ ਸਰਕਾਰ ਨੂੰ ਇਸ ਵਿੱਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅੱਗੇ ਖਬਰ ਹੈ ਖੇਤੀ ਕਾਨੂੰਨ ਰੱਦ ਕਰਾਉਣ ਲਈ ਖੇਤ ਮਜ਼ਦੂਰ ਵੀ ਇਕਜੁੱਟ ਹੋਏ ਆ ਲੰਬੀ ਤੋਂ ਖਬਰ ਹੈ ਖੇਤੀ ਕਾਨੂੰਨਾ ਅਤੇ ਦਲਤਾਂ ਦੇ ਜ਼ਬਰ ਖਿਲਾਫ ਇੱਥੇ ਮਜ਼ਦੂਰਾਂ ਦੀ ਇੱਕ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਭਰ ਤੋਂ ਖੇਤ ਮਜ਼ਦੂਰਾਂ ਨੇ ਆਪਣੀ ਆਰਐਮ ਅਤੇ ਆਰਐਮਪੀ ਡਾਕਟਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਦੌਰਾਨ ਮਤਾ ਪਾਸ ਕਰਕੇ ਖੇਤੀ ਕਾਨੂੰਨ ਰੱਦ ਕਰਨ ਤੇ ਮਜ਼ਦੂਰ ਆਗੂ ਨੌਦੀਪ ਕੌਰ ਗੰਦਰ ਦੇ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਰਿਹਾਈ ਦੀ ਮੰਗ ਕੀਤੀ ਗਈ ਕਿਸਾਨ ਨੇ ਰੋਸ ਵਜੋਂ ਆਪਣੀ ਕਣਕਵਾ ਦਿੱਤੀ ਹੈ ਮਾਨਸਰ ਤੋਂ ਖਬਰ ਹੈ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਇਸੇ ਤਹਿਤ ਪਿੰਡ ਨੰਗਲ ਅਵਾਨਾ ਦੇ ਕਿਸਾਨ ਸੌਰਵ ਮਨਹਾਸ ਨੇ 2.5 ਏਕੜ ਕਣਕ ਦੀ ਫਸਲ ਵਾ ਦਿੱਤੀ ਇਸ ਸਬੰਧੀ ਸੌਰਵ ਨੇ ਦੱਸਿਆ ਕਿ ਕਣਕ ਦੀ ਫਸਲ ਵਾਉਣ ਦਾ ਮੌਕਾਨ ਕਾਲੇ ਖੇਤੀ ਕਾਨੂੰਨ ਹਨ ਉਹਨਾਂ ਕਿਹਾ ਕਿ ਪਹਿਲਾਂ ਫਸਲ ਦੀ ਖਰੀਦ ਐਫਸੀਆਈ ਕਰਦੀ ਸੀ ਪਰ ਹੁਣ ਇਸ ਵਾਰ ਰਾਜ ਸਰਕਾਰ ਕਰੇਗੀ ਇਸ ਦਾ ਕੇਂਦਰ ਦੀ ਮੋਦੀ ਸਰਕਾਰ ਦੀ ਮਨਸ਼ਾ ਪੂਰੀ ਹੋ ਰਹੀ ਹੈ ਇਹ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਰਾਂਟਾ ਨਾਲ ਉਹਨਾਂ ਕਿਹਾ ਕਿ ਬਿਹਾਰ ਵਿੱਚ ਇਹਦਾ ਖੁੱਲੀ ਮੰਡੀ ਦਾ ਤਜਰਬਾ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਹੁਣ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੂਨ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਦੇਸ਼ ਦਾ ਅੰਦਾਤਾ ਹੈ ਤੇ ਇਸ ਦਾ ਖਾਤਮਾ ਦੇਸ਼ ਦਾ ਖਾਤਮਾ ਹੋਵੇਗਾ ਅੱਗੇ ਵਧਦੇ ਹਾਂ ਕੁਝ ਹੋਰ ਖਬਰਾਂ ਵੱਲ ਤੇ ਦੱਸਦੇ ਹਾਂ ਕਿ ਅੱਜ ਦੇ ਅਖਬਾਰ ਵਿੱਚ ਕਿਹੜੀਆਂ ਖਬਰਾਂ ਲੱਗੀਆਂ ਤਾਂ ਕਿ ਤੁਹਾਨੂੰ ਅਖਬਾਰ ਪੜ੍ਹਨ ਦੀ ਜ਼ਰੂਰਤ ਨਾ ਪਵੇ ਅਸੀਂ ਇਸ ਪ੍ਰੋਗਰਾਮ ਦਾ ਨਾਂ ਰੱਖਿਆ ਹੈ ਸੁਣ ਲਿਆ ਸਮਝੋ ਪੜ ਲਿਆ ਭਾਰਤ ਤੇ ਪਾਕਿਸਤਾਨ ਵਿੱਚ ਸ਼ਤਾਬਦੀ ਸਮਾਰੋ ਸ਼ੁਰੂ ਹੋ ਗਏ ਆ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ ਕਵਿਸ਼ਰੀ ਤੇ ਢਾਡੀ ਜਥਿਆਂ ਨੇ ਸੰਗਤ ਨੂੰ ਸਾਕੇ ਤੋਂ ਜਾਣੂ ਕਰਵਾਇਆ ਅੰਮ੍ਰਿਤਸਰ ਤੇ ਬਟਾਲਾ ਤੋਂ ਰਲਿਮਿਲੀ ਖਬਰ ਹੈ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਸਮਾਗਮ ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋ ਗਏ ਹਨ ਪਾਕਿਸਤਾਨ ਸਤਿ ਸ੍ਰੀ ਅਕਾਲ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਭਾਰਤ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੋਦਰਪੁਰਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅਖੰਡ ਪਾਠ ਦੀ ਆਰੰਭਤਾ ਕੀਤੀ ਗਈ ਹੈ ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਆਰੰਭ ਹੋਏ ਪਾਠ ਦੇ ਪੁਰ 21 ਫਰਵਰੀ ਨੂੰ ਪਾਇ ਜਾਣਗੇ ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਾ ਭੇਜਣ ਦੇ ਫੈਸਲੇ ਕਾਰਨ ਪਾਕਿਸਤਾਨ ਦੀ ਸਿੱਖ ਸੰਗਤ ਕਾਫੀ ਨਿਰਾਸ਼ ਹੈ ਲਾਰਸ ਬਸ਼ਨੋਈ ਗਰੁੱਪ ਨੇ ਲਈ ਕਾਂਗਰਸੀ ਆਗੂ ਦੇ ਕਤਲ ਦੀ ਜ਼ਿੰਮੇਵਾਰੀ ਇਹ ਅੱਜ ਖਬਰ ਲੱਗੀ ਹੈ ਲਾਰਸ ਬਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਜ਼ਿਲ੍ਹਾ ਯੂਥ ਪ੍ਰਧਾਨ ਫਰੀਦਕੋਟ ਦੇ ਗੁਰਲਾਲ ਸਿੰਘ ਭੁੱਲਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਕੇਂਦਰ ਸਰਕਾਰ ਨੇ ਬੇਗੰਪੂਰਾ ਐਕਸਪ੍ਰੈਸ ਨੂੰ ਵੀ ਲਾਈਆਂ ਬ੍ਰੇਕਾਂ ਜਲੰਧਰ ਦੀ ਖਬਰ ਹੈ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਵਰੇਗੰਡ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪ੍ਰਵਾਨਗੀ ਨਾ ਦੇਣ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ਼੍ਰੀ ਗੁਰੂ ਰਵੀਦਾਸ ਜੀ ਪ੍ਰਕਾਸ਼ ਪੁਰਬ ਮਨਾਉਣ ਲਈ ਜਾਣ ਵਾਲੀ ਬੇਗੰਪੂਰਾ ਐਕਸਪ੍ਰੈਸ ਨੂੰ ਵੀ ਕਰੋਨਾ ਦਾ ਬਹਾਨਾ ਲਾ ਕੇ ਰੋਕ ਦਿੱਤਾ ਹੈ ਡੇਰਾ ਸਤਖੰਡ ਬੱਲਾਂ ਵੱਲੋਂ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਸਥਾਨ ਕਾਸ਼ੀ ਦੇ ਦਰਸ਼ਨਾਂ ਲਈ भेजी ਜਾਂਦੀ ਬੇਗਮਪੁਰਾ ਐਕਸਪ੍ਰੈਸ ਨੂੰ ਕੇਂਦਰ ਸਰਕਾਰ ਨੇ ਇਸ ਸਾਲ ਵੀ ਮਨਜ਼ੂਰੀ ਨਹੀਂ ਦਿੱਤੀ ਬੋਹਜਨ ਸਮਾਜ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਇਸ ਦੀ ਨਿੰਦਾ ਕੀਤੀ ਹੈ ਉਹਨਾਂ ਕਿਹਾ ਕਿ ਜਦੋਂ ਕੁੰਭ ਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਣਗੇ ਉਦੋਂ ਕਰੋਨਾ ਨਹੀਂ ਫੈਲੇਗਾ ਕੋਟਕਪੂਰਾ ਬਹਿਬਲ ਕਾਂਡ ਜਿਹੜਾ ਗੁਰੂ ਸ਼੍ਰੀ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਂਡ ਸੀ ਉਹ ਦੀ ਸੁਣਵਾਈ ਹੈ ਜਿਹੜੀ ਉਹ 12 ਮਾਰਚ ਤੱਕ ਟਲ ਗਈ ਹੈ ਫਰੀਦਕੋਟ ਤੋਂ ਖਬਰ ਹੈ ਕੋਟਕਪੂਰਾ ਤੇ ਬਹਿਬਲ ਕਾਂਡ ਦੀ ਜਿਹੜੀ ਸੁਣਵਾਈ ਸੀ ਸੈਸ਼ਨ ਜੱਜ ਸੁਮੇਤ ਮਲਹੋਤਰਾ ਦੀ ਅਦਾਲਤ ਵਿੱਚ ਹੋਈ ਇਸ ਦੌਰਾਨ ਦੋਹਾਂ ਮਾਮਲਿਆਂ ਚ ਨਾਮਜ਼ਦ ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਏ ਤੇ ਅਗਲੀ ਸੁਣਵਾਈ 12 ਮਾਰਚ ਤੇ ਪਾ ਦਿੱਤੀ ਗਈ ਹੈ ਔਰਤ ਨੇ ਪਾਰਕ ਵਿੱਚ ਦਿੱਤਾ ਦੋ ਬੱਚਿਆਂ ਨੂੰ ਜਨਮ ਲੁਧਿਆਣਾ ਤੋਂ ਖਬਰ ਹੈ ਸਿਹਤ ਅਮਲੇ ਦੀ ਲਾਪਰਵਾਹੀ ਕਾਰਨ ਵੀਰਵਾਰ ਦੇਰ ਸ਼ਾਮ ਇੱਕ ਔਰਤ ਨੇ ਹਸਪਤਾਲ ਦੇ ਪਾਰਕ ਵਿੱਚ ਦੋ ਬੱਚਿਆਂ ਨੂੰ ਜਨਮ ਦੇ ਦਿੱਤਾ ਇਸ ਮਗਰੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪਹਿਲਾਂ ਔਰਤ ਦੇ ਬੱਚਿਆਂ ਨੂੰ ਪੀਜੀਆਈ ਚंडीगढ़ ਤੈਫਲ ਕਰਨ ਦੀ ਗੱਲ ਆਖ ਦਿੱਤੀ ਪਰ ਦੇਰ ਰਾਤ ਨੂੰ ਸਿਰਫ ਨਮ ਜੰਮੇ ਬੱਚਿਆਂ ਨੂੰ ਹੀ ਪੀਜੀਆਈ ਭੇਜਿਆ ਗਿਆ ਪੀੜਤ ਔਰਤ ਇਸ ਵੇਲੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਧੂਰੀ ਲਾਈਨ ਵਾਸੀ ਗਰਵਤੀ ਉਮਾ ਦੇਵੀ ਨੋ ਸਟਾਰਾਂ ਫਰਾਵ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ 18 ਫਰਵਰੀ ਨੂੰ ਉਸਨੇ ਡਾਕਟਰਾਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਉਸ ਨੂੰ ਸੀਐਮਸੀ ਲੁਧਿਆਣਾ ਵਿੱਚ ਇਕੋਕਰੋਨ ਲਈ ਕਿਹਾ ਗਿਆ ਪਰ ਐਂਬੂਲੈਂਸ ਨਹੀਂ ਦਿੱਤੀ ਗਈ ਅਸਾਮੀਆਂ ਖਤਮ ਕਰਨ ਦੀ ਤਜ਼ਵੀਜ਼ ਖਿਲਾਫ ਭੜਕੇ ਨੇ ਮੁਲਾਜ਼ਮ ਪਟਿਆਲਾ ਤੋਂ ਖਬਰ ਹੈ ਪੰਜਾਬ ਸਰਕਾਰ ਵੱਲੋਂ ਸਿਹਤ ਪਰਿਵਾਰ ਤੇ ਭਲਾਈ ਤੇ ਖੋਜ ਮੈਡੀਕਲ ਸਿੱਖਿਆ ਵਿਭਾਗ ਦੇ ਕਮਾਨ ਕਾਮਨ ਕੈਡਰ ਨੂੰ ਵਕ ਵਕ ਕਰਨਸ ਮੇਤ ਕਈ ਸ਼੍ਰੇਣੀਆਂ ਦੀਆਂ 500 ਸਾਮੀਆਂ ਖਤਮ ਕਰਨ ਦੀ ਤਜ਼ਵੀਰ ਸੰਬੰਧੀ ਮੁਲਾਜ਼ਮਾਂ ਵਿੱਚ ਰੋਸ ਪੱਕ ਗਿਆ ਹੈ ਸਰਕਾਰੀ ਰਜਿੰਦਰਾ ਕਾਲਜ ਟੀਵੀ ਹਸਪਤਾਲ ਸਮੇਤ ਗਵਰਨਮੈਂਟ ਮੈਡੀਕਲ ਕਾਲਜ ਤੇ ਡੈਂਟਲ ਕਾਲਜ ਨਰਸਿੰਗ ਕਾਲਜ ਪੈਰਾਮੈਡੀਕਲ ਕਲੈਰੀਕਲ ਸਟਾਫ ਸੇਵਾਦਾਰ ਤੇ ਹੋਰ ਵਰਗਾਂ ਦੇ ਮੁਲਾਜ਼ਮਾਂ ਨੇ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ ਇਸ ਦੌਰਾਨ 11 ਤੋਂ 2 ਵਜੇ ਤੱਕ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੇ ਬਾਹਰ ਰੋਸ ਰੈਲੀ ਕੀਤੀ ਗਈ ਵੱਧੀਆਂ ਅਗਲੀਆਂ ਖਬਰਾਂ ਵੱਲ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਦੇ ਹੋ ਰਹੇ ਹਮਲੇ ਤੋਂ ਕੀਤਾ ਜਾਗਰੂਕ ਕਮੰਤਰੀ ਮਾਤ ਭਾਸ਼ਾ ਦਿਵਸ ਮਨਾਇਆ ਮੁੱਖ ਮਾਨਵਜੋ ਸ਼ਾਮਲ ਹੋਏ ਡਾਕਟਰ ਤਰਸ਼ੇਮ ਬਾਈਆ ਪਟਿਆਲਾ ਤੋਂ ਖਬਰ ਹੈ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਕਮੰਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ ਜਿਸ ਵਿੱਚ ਪੰਜਾਬੀ ਭਾਸ਼ਾ ਤੇ ਸਿੱਖਿਆ ਦੇ ਪ੍ਰਸਾਰ ਲਈ ਪੰਜਾਬੀ ਯੂਨੀਵਰਸਿਟੀ ਦੀ ਭੂਮਿਕਾ ਵਿਸ਼ੇ ਤੇ ਵਿਸ਼ਾਲ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਮੁੱਖ ਮਾਨਵਜੋ ਸਰਕਾਰੀ ਸਿੱਖਿਆ ਸ਼ਾਸਤਰੀ ਡਾਕਟਰ ਮੁੱਖ ਮਾਨ ਵਜੋਂ ਸਿੱਖਿਆ ਸ਼ਾਸਤਰੀ ਡਾਕਟਰ ترسےم ਬਾ햐 ਸਮੇਤ ਅਹਿਮ ਸਖਸੀਅਤਾਂ ਨੇ ਸ਼ਿਰਕਤ ਕੀਤੀ ਸੰਗਰੂਰ ਜੇਲ੍ਹ ਵਿੱਚ ਗੈਂਗਸਟਰਾਂ ਕੋਲੋਂ ਮੋਬਾਈਲ ਬਰਾਮਦ ਹੋਏ ਆ ਸੰਗਰੂਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਦੋ ਗੈਂਗਸਟਰਾਂ ਨੂੰ ਤਲਾਸ਼ੀ ਦੌਰਾਨ ਦੋ ਮੋਬਾਈਲ ਬਰਾਮਦ ਹੋਏ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਦੀ ਸ਼ਿਕਾਇਤ ਤੇ ਦੋਵਾਂ ਖਿਲਾਫ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਅਨੁਸਾਰ ਸਹਾਇਕ ਸੁਪਰਡੈਂਟ ਜ਼ਿਲ੍ਹਾ ਸੇਹਤ ਤੇ ਸਾਇਕ ਸਪੋਰਟੈਂਟ ਜ਼ਿਲ੍ਹਾ ਜੇਲ੍ਹ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਜੇਲ੍ਹ ਦੀ ਤਲਾਸ਼ੀ ਦੌਰਾਨ ਸ਼ੱਕੀ ਨੰਮ ਚੱਕੀ ਨੰਬਰ 8 ਨੂੰ ਚੈੱਕ ਕੀਤਾ ਗਿਆ ਤਾਂ ਗੈਂਗਸਟਰ ਹਰ ਸਿਮਰਨਦੀਪ ਸਿੰਘ ਉਰਫ ਸਿਮਾ ਵਾਸੀ ਬਹਿਬਲ ਕਲਾਂ ਦੇ ਕੱਪੜਿਆਂ ਵਿੱਚੋਂ Oppo ਕੰਪਨੀ ਦਾ ਮੋਬਾਈਲ ਬਿਨਾ SIM ਤੋਂ ਅਤੇ ਚਾਰਜਰ ਬਰਾਮਦ ਹੋਇਆ ਉਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਇਸੇ ਤਰ੍ਹਾਂ ਚੱਕੀ ਨੰਬਰ 9 ਦੀ ਤਲਾਸ਼ੀ ਦੌਰਾਨ ਗੈਂਗਸਟਰ ਰਣਦੀਪ ਸਿੰਘ ਉਰਫ ਟੋਪੀ ਦੀ ਰਜਾਈ ਵਿੱਚੋਂ ਵੀ Vivo ਕੰਪਨੀ ਦਾ ਮੋਬਾਈਲ ਬੈਟਰੀ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ ਪੰਜਾਬ ਵਿੱਚ ਮਹਿੰਗਾਈ ਲਈ ਸੂਬਾ ਸਰਕਾਰ ਜ਼ਿੰਮੇਵਾਰ ਕਿਹਾ ਏ ਚੀਮਾ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਡੀਜ਼ਲ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਤੇ ਮਹਿੰਗਾਈ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਦੱਸ ਚਾਏ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉੱਤਰ ਭਾਰਤ ਦੇ ਸੂਬਿਆਂ ਵਿੱਚੋਂ ਪੰਜਾਬ ਵਿੱਚੋਂ ਪੈਟਰੋਲੀਅਮ ਭਾਰਤ ਦੇ ਸੂਬੇ ਚੀਮਾ ਨੇ ਕਿਹਾ ਕਿ ਉੱਤਰ ਭਾਰਤ ਦੇ ਸੂਬਿਆਂ ਵਿੱਚੋਂ ਪੰਜਾਬ ਚੋਂ ਪੈਟਰੋਲੀਅਮ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧਨ ਕਿਉਂਕਿ ਕੈਪਟਨ ਸਰਕਾਰ ਡੀਜ਼ਲ ਪੈਟਰੋਲ ਉੱਤੇ ਹੋਰ ਸੂਬਿਆਂ ਦੇ ਮੁਕਾਬਲੇ ਵੱਧ ਟੈਕਸ ਵਸੂਲ ਰਹੀ ਹੈ ਫਿਰ ਚੀਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕੈਪਟਨ ਸਰਕਾਰ ਨੇ ਜੋ ਪੈਟਰੋਲ ਡੀਜ਼ਲ ਉੱਤੇ ਨਵਾਂ ਟੈਕਸ ਲਗਾਇਆ ਸੀ ਉਸ ਨਾਲ ਪੈਟਰੋਲ ਤੇ ਡੀਜ਼ਲ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਮਹਿੰਗਾ ਵਿਕ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਕੁਝ ਮਾਲਵੇ ਦੀਆਂ ਖਬਰਾਂ ਦੀ ਪੰਜਾਬ ਦਾ ਮਾਲਵਾ ਖੇਤਾ ਜਿਹੜਾ ਉਹਦੇ ਨਾਲ ਸੰਬੰਧਿਤ ਕੁਝ ਖਬਰਾਂ ਦੀ ਬਰਨਾਲਾ ਵਿੱਚ ਮਹਾਂ ਰੈਲੀ ਕੀਤੀ ਗਈ ਹੈ ਜਿੱਥੇ ਕਿਸਾਨਾਂ ਵਿੱਚ ਭਾਰੀ ਜੋਸ਼ ਦਿਖਾਈ ਦਿੱਤਾ ਲੋਕਾਂ ਨੇ ਘਰਾਂ ਨੂੰ ਜਿੰਦਰੇ ਮਾਰ ਕੇ ਰੈਲੀ ਵਿੱਚ ਪੁੱਜਣ ਦਾ ਅਹਿਦ ਕੀਤਾ ਵਕ-ਵਕ ਥਾਵਾਂ ਤੇ ਨੁਕੜ ਮੀਟਿੰਗਾਂ ਵੀ ਕੀਤੀਆਂ ਗਈਆਂ ਸੜਕ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਦੋ ਜ਼ਖਮੀ ਹੋਏ ਆ ਮੁਕਤਸਰ ਸਾਹਿਬ ਵਿਖੇ ਹੋਇਆ ਇਹ ਹਾਦਸਾ ਚੋਣਾ ਦੀ ਚੋਣਾ ਵਿੱਚ ਧੰਦਲੀ ਵਿਰੁੱਧ ਆਪ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਹ ਬਠਿੰਡਾ ਤੋਂ ਖਬਰ ਹੈ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਵਿੱਚ ਪੰਜਾਬ ਸਰਕਾਰ ਤੇ ਕਥੇ ਤੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਫਾਇਰ ਬ੍ਰਿਗੇਡ ਚੌਕ ਵਿੱਚ ਧਰਨਾ ਦਿੱਤਾ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਚੋਣਾਂ ਜਿੱਤੀਆਂ ਨਹੀਂ ਸਗੋਂ ਲੁੱਟੀਆਂ ਗਈਆਂ ਹਨ ਕਲਾਕਾਰਾਂ ਤੇ ਨੌਜਵਾਨਾਂ ਨੂੰ ਲਾਲ ਕਿਲੇ ਦੀ ਘਟਨਾ ਨਾਲ ਜੋੜਨ ਦੀ ਨਖੇਦੀ ਮਾਨਸਾ ਤੋਂ ਖਬਰ ਹੈ ਰੁਲਦੂ ਸਿੰਘ ਮਾਨਸਾ ਸਮੇਤ ਕਿਸਾਨ ਆਗੂਆਂ ਕਲਾਕਾਰਾਂ ਤੇ ਨੌਜਵਾਨਾਂ ਨੂੰ ਲਾਲ ਕਿਲੇ ਦੀ ਘਟਨਾ ਨਾਲ ਜੋੜਨ ਦੀ ਪੰਜਾਬ ਕਿਸਾਨ ਯੂਨੀਅਨ ਨੇ ਨਖੇਦੀ ਕੀਤੀ ਹੈ ਗਾਂਧੀਗਰੀ ਚੌਂਹ ਹਿੰਸਾ ਦੇ ਸ਼ਿਕਾਰ ਕਾਉਂਸਲਰ ਵੱਲੋਂ ਹਮਲਾਵਰ ਬਖਸ਼ੇ ਗਏ ਆ ਮੁਖਤਸਰ ਸਾਹਿਬ ਤੋਂ ਖਬਰ ਆਈ ਹੈ ਨਗਰ ਕੌਂਸਲ ਵੋਟਾਂ ਤੋਂ ਪਹਿਲਾਂ ਦੀ ਆਤ 13 ਫਰਵਰੀ ਨੂੰ ਆਪਣੇ ਵਿਰੋਧੀ ਉਮੀਦਵਾਰ ਦੇ ਹਮਲੇ 'ਚ ਗੰਭੀਰ ਜ਼ਖਮੀ ਹੋਏ ਕਾਉਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਸੁਰਤ ਵਿੱਚ ਆਉਣ ਤੋਂ ਬਾਅਦ ਹਸਪਤਾਲ ਦੇ ਬੈੱਡ ਤੋਂ ਪਹਿਲਾਂ ਸਨੇਹਾ ਹਿੰਸਾ ਨੂੰ ਖਤਮ ਕਰਨ ਦਾ ਦਿੱਤਾ ਹੈ ਉਹਨਾਂ ਕਿਹਾ ਕਿ ਉਹਨਾਂ ਉੱਪਰ ਹੋਏ ਹਮਲੇ ਵਿੱਚ ਉਹ ਕਿਸੇ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੇ ਕਿਉਂਕਿ ਇਸ ਨਾਲ ਦੁਸ਼ਮਣੀ ਵੱਧਦੀ ਹੈ ਜੋ ਸਮਾਜ ਲਈ ਘਾਤਕ ਹੈ ਸ਼੍ਰੀ ਜਾਦੂ ਨੇ ਕਿਹਾ ਕਿ ਭਾਵੇਂ ਅਜੇ ਪੂਰੀ ਤਰ੍ਹਾਂ ਉਹ ਤੰਦਰੁਸਤ ਨਹੀਂ ਹਨ ਪਰ ਉਹਨਾਂ ਦੀ ਆਪਣੀ ਜ਼ਮੀਰ ਦੀ ਆਵਾਜ਼ ਤੇ ਫੈਸਲਾ ਲਿਆ ਹੈ ਕਿ ਉਹਨਾਂ ਨਾਲ ਜੋ ਹਿੰਸਾ ਹੋਈ ਹੈ ਉਸ ਦਾ ਕਿਸੇ ਹੋਰ ਨੌਜਵਾਨ ਦਾ ਭਵਿੱਖ ਬਰਬਾਦ ਨਹੀਂ ਕੀਤਾ ਜਾਵੇਗਾ ਆਪਣੇ ਤੇ ਹੀ ਲਾਏ ਦੋਸ਼ ਭਾਈ ਰੂਪੇ ਤੋਂ ਖਬਰ ਹੈ ਨਗਰ ਪੰਚਾਇਤ ਭਾਈ ਰੂਪਾ ਦੇ ਚਾਰ ਵਾਰਡਾਂ ਵਿੱਚੋਂ ਅਕਾਲੀ ਦਲ ਹੱਥੋਂ ਜੋਨ ਹਾਰੇ ਕਾਂਗਰਸੀ ਉਮੀਦਵਾਰਾਂ ਨੇ ਕਰਮਚੰਦ ਧਰਮਸ਼ਾਲਾ ਵਿੱਚ ਆਪਣੇ ਸਮਰਥਕਾਂ ਦਾ ਇਕੱਠ ਕਰਕੇ ਆਪਣੀ ਹਾਰ ਪਿੱਛੇ ਕਸਬੇ ਦੇ ਤਿੰਨ ਸੀਨੀਅਰ ਕਾਂਗਰਸੀ ਆਗੂਆਂ ਦਾ ਹੱਥ ਹੁੰਦੇ ਦੋਸ਼ ਲਾਏ ਹਨ ਆਜ਼ਾਦ ਉਮੀਦਵਾਰਾਂ ਨੇ ਉਡਾਈ ਵੱਡੀਆਂ ਪਾਰਟੀਆਂ ਦੀ ਨੀਂਦ ਮਾਨਸਾ ਜ਼ਿਲ੍ਹੇ ਦੀਆਂ 85 ਵਿੱਚੋਂ 38 ਸੀਟਾਂ ਤੇ ਕੀਤਾ ਕਬਜ਼ਾ ਮਾਨਸਾ ਦੀ ਖਬਰ ਹੈ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਐਲਾਨੇਗੇ ਨਤੀਜਿਆਂ ਵਿੱਚ ਕੁੱਲ 85 ਵਿੱਚੋਂ 38 ਸੀਟਾਂ ਜਿੱਤ ਕੇ ਆਜ਼ਾਦ ਉਮੀਦਵਾਰਾਂ ਨੇ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਨੀਂਦ ਉਡਾ ਦਿੱਤੀ ਹੈ ਜ਼ਿਲ੍ਹੇ ਦੀਆਂ ਕੁੱਲ 44.7 ਫੀਸਦੀ ਸੀਟਾਂ ਤੇ ਕਬਜ਼ਾ ਕਰਕੇ ਆਜ਼ਾਦ ਉਮੀਦਵਾਰਾਂ ਨੇ ਦਰਸਾ ਦਿੱਤਾ ਹੈ ਕਿ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਭਾਜਪਾ ਲਈ ਅਗਲੀ ਕੋਈ ਵੀ ਚੋਣ ਸੌਖੀ ਨਹੀਂ ਹੋਵੇਗੀ ਅੱਗੇ ਹੋਰ ਲੈਂਦੇ ਆ ਖਬਰ ਮਹਿਲ ਕਲਾਂ ਤੋਂ ਮਜ਼ਦੂਰਾ ਨੇ ਨਿੱਜੀ ਕੰਪਨੀਆਂ ਵੱਲੋਂ ਭੇਜੇ ਕਰਜ਼ੇ ਦੇ ਨੋਟਸ ਫੂਕੇ ਨਿੱਜੀ ਫਾਈਨੈਂਸ ਕੰਪਨੀਆਂ ਵੱਲੋਂ ਮਜ਼ਦੂਰਾ ਨੂੰ ਕਰਜ਼ੇ ਭਰਨ ਲਈ ਭੇਜੇ ਜਾ ਰਹੇ ਲੀਗਲ ਨੋਟਸਾਂ ਦਾ ਮੁੱਦਾ ਭੱਗ ਗਿਆ ਹੈ ਸੀਪੀਆਈ ਐਮਐਲ ਲੇਬਰੇਸ਼ਨ ਦੇ ਸੱਦੇ ਤੇ ਔਰਤਾਂ ਵੱਲੋਂ ਪ੍ਰਾਈਵੇਟ ਕੰਪਨੀਆਂ ਵੱਲੋਂ ਭੇਜੇ ਗਏ ਲੀਗਲ ਨੋਟਸ ਮਹਿਲ ਕਲਾਂ ਬਸ ਸੱਦੇ ਤੇ ਇਕੱਠੇ ਕਰਕੇ ਫੂਕੇ ਗਏ ਇਹ ਸੀ ਅੱਜ ਦਾ ਖ਼ਬਰ ਕੱਲ ਨੂੰ ਫੇਰ ਨਵੇਂ ਤੇ ਤਾਜ਼ਾ ਖਬਰ ਨਾਲ ਤੁਹਾਡੇ ਕੋਲ ਦੇ ਰੂਬਰੂ ਹੋਵਾਂਗੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਦਾ ਖ਼ਬਰ ਅਸੀਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਇਸ ਵਿੱਚ ਖ਼ਬਰਾਂ ਪੇਸ਼ ਕਰਿਆ ਕਰਾਂਗੇ ਕਿ ਅਖ਼ਬਾਰ ਵਿੱਚ ਕੀ ਛਪਿਆ ਤਾਂ ਕਿ ਤੁਹਾਨੂੰ ਅਖ਼ਬਾਰ ਪੜ੍ਹਨ ਦੀ ਜ਼ਰੂਰਤ ਹੀ ਨਾ ਪਵੇ ਇਸ ਪ੍ਰੋਗਰਾਮ ਦਾ ਨਾਂ ਰੱਖਿਆ ਗਿਆ ਹੈ ਪੜ ਲਿਆ ਸਮਝੋ ਸੁਣ ਲਿਆ ਸਮਝੋ ਪੜ ਲਿਆ ਤੇ ਅ ਤੁਸੀਂ ਕਿਰਪਾ ਕਰਕੇ ਅਗਰ ਸਾਡੇ ਨਾਲ ਜੁੜੇ ਰਹੋ ਤਾਂ ਇਸ ਨਾਲ ਸਾਡਾ ਹੌਸਲਾ ਹੋਰ ਵੱਧ ਜਾਂਦਾ ਹੈ ਕਿਰਪਾ ਕਰਕੇ ਸਾਡੇ ਜਿਹੜਾ YouTube ਚੈਨਲ ਪੰਜਾਬ ਡੈਰੀ ਉਸ ਨੂੰ ਸਬਸਕ੍ਰਾਈਬ ਕਰੋ ਤੇ Facebook ਤੇ ਜਿਹੜਾ ਸਾਡਾ ਇਹ ਚੈਨਲ ਆ ਪੰਜਾਬ ਡੈਰੀ ਇਸ ਨੂੰ ਫਾਲੋ ਕਰੋ ਤਾਂ ਕਿ ਅਸੀਂ ਜਦੋਂ ਵੀ ਕੋਈ ਵੀਡੀਓ ਨਵੀਂ ਪਾਈਏ ਤਾਂ ਤੁਹਾਨੂੰ ਪਤਾ ਲੱਗ ਸਕੇ ਫਿਲਹਾਲ ਅੱਜ ਲਈ ਨਮਸਕਾਰ ਸਤਿ ਸ੍ਰੀ ਅਕਾਲ ਫਿਰ ਲਾਈਵ ਹੁੰਨੇ ਆ ਬਹੁਤ ਜਲਦੀ ਨਵੀਆਂ ਤੇ ਤਾਜ਼ਾ ਖਬਰ ਲੈ ਕੇ